2500 रुपए के मोबाइल को लेकर दो धिर के विचकार झगड़ा होया जिस दे विच एक व्यक्ति का तलवारों के नाल कई वार करके कतल कर दिता गया ते उसकी पत्नी के उत्ते भी तलवारों के नाल कई वार किए गए ने जिस दे कारण उसकी पत्नी का भी गुट वड्या गया ते उसनु इलाज के लिए हस्पताल दे विच दाखिल करवाया गया। तो मामला नवां शहर के पिंड अमरगढ़ तो सामने आया जिथे कि पहला परमजीत सिंह नां दे व्यक्ति दे वल्लों अपना मोबाइल फोन एक मनजीत सिंह नां दे व्यक्ति नूं दित्ता गया सी। हालांकि दो दिन ही फोन दित्ते नूं होए सी ते हुण बाद दे विच परमजीत सिंह अपनी पत्नी दे नाल मनजीत सिंह दे घर पहुंचदा अपना फोन वापस लैण दे लई, जिस तों बाद दस्सिया जा रहा है कि मनजीत सिंह दे नाल इन्हां दी किसी गल नूं लै के बहस हो जांदी है ते बहस बाजी इस कदर वज जांदी है कि मनजीत सिंह तलवारां दे नाल कई वार कर दिंदा परमजीत सिंह दे उत्ते ते उसदी मौके ते ही मौत हो जाती है। हालांकि जब उसकी मौत होती है तो मनजीत सिंह दे वल्लों परमजीत सिंह की पत्नी के उत्ते भी तलवारों के नाल कई वार किए जाते हैं, जिस तो बचाव के लिए जो अपनी बांह नूं अगे करती है तो उसके गुट के उत्ते आके तलवार लगती है तो उसका गुट भी वड्या जाता है तो उसनों इलाज के लिए हुण हस्पताल च दाखिल करवाया गया है। तो फिलहाल इस घटना तो बाद मनजीत सिंह फरार दसिया जा रहा है तो पुलिस मौके के उत्ते पहुंची है तो मामले की जांच शुरू कर दी गई है। तो मामूली गल नूं लैके यह सारा विवाद भखिया सी। 2500 रुपए का फोन जो है परमजीत सिंह दे वल्लों वेचा गया सी मनजीत सिंह नूं ते बाद दे विच जदों उह फोन वापस लैण दे लई आया तो मनजीत सिंह दे नाल किसी गल नूं लैके बहस हो जाती है। बहस इस कदर वज जाती है कि मनजीत सिंह दे वल्लों परमजीत सिंह का कतल कर दिता जाता है। ਪੂਰਾ ਮਾਮਲਾ ਕੀ ਹੈ ਜਿਹੜਾ ਪਿੰਡ 'ਚ ਮਰਡਰ ਹੋਇਆ? ਇਹ ਤਾਂ ਪਤਾ ਨਹੀਂ, ਮੈਂ ਮੌਕੇ 'ਤੇ ਹੈ ਨਹੀਂ ਸੀ। ਜਦੋਂ ਮੈਂ ਆਇਆ ਤਾਂ ਮੈਨੂੰ ਇੱਥੇ ਦੱਸਿਆ ਵੀ ਜਿਹੜਾ ਮ੍ਰਿਤਕ ਆ ਅਤੇ ਇਹਦੀ ਵਾਈਫ ਇੱਥੇ ਉਲਾਂਭਾ ਦੇਣ ਆਏ ਸੀ ਕਿਉਂਕਿ ਇਹਦਾ ਮੋਬਾਈਲ ਚੁੱਕ ਕੇ ਵੇਚ ਲਿਆ ਸੀ ਕਹਿੰਦੇ, ਅਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦੇ ਕੋਈ ਝਗੜਾ ਹੋਇਆ, ਝਗੜੇ ਦੇ ਵਿੱਚ ਇਹ ਹੱਥੋਂ ਪਾਈ ਹੋ ਗਿਆ ਅਤੇ ਉਹ ਜਿਹੜਾ ਮੁੰਡਾ ਮਨਜੀਤ ਉਹਨੇ ਇਹਦੇ ਮਾਰੀ ਕਿਰਪਾਨ ਮ੍ਰਿਤਕ ਨੂੰ, ਮ੍ਰਿਤਕ ਦੇ ਉਹ ਮ੍ਰਿਤਕ ਦੀ ਉੱਥੇ ਡੈਥ ਹੋ ਗਈ। ਉਹਦੀ ਵਾਈਫ ਦੇ ਗੁੱਟ 'ਤੇ ਮਾਰੀ ਗੁੱਟ ਵੱਢ ਹੋਇਆ, ਉਹ ਨਵਾਂ ਸ਼ਹਿਰ ਸਿਵਲ ਹੋਸਪਿਟਲ ਲੈ ਗਿਆ ਸੀ, ਹੁਣ ਪਤਾ ਲੱਗਾ ਕਿ ਰੈਫਰ ਕਰਨਾ, ਬਸ ਇੰਨਾ ਹੀ ਪਤਾ ਆ। ਮ੍ਰਿਤਕ ਦਾ ਨਾਮ ਕੀ ਹੈ? ਮ੍ਰਿਤਕ ਦਾ ਨਾਮ ਰਾਣਾ ਕਰਕੇ ਕਹਿੰਦੇ ਆ, ਉੱਦਾਂ ਪਰਮਜੀਤ ਸਿੰਘ ਨਾਂ ਹੈ ਇਹਦਾ, ਸਨ ਆਫ ਚੂੜ ਸਿੰਘ। ਕੰਮ ਕੀ ਕਰਦੇ ਸੀ ਲੋਕ? ਕੰਮ ਖੇਤੀਬਾੜੀ ਕਰਦੇ ਸੀ ਦੋਨੋਂ ਪਾਰਟੀ, ਦੋਨੋਂ ਪਾਰਟੀ ਕਿਸੇ ਪਿੰਡ ਦੇ ਵਸਨੀਕ, ਇਸੇ ਪਿੰਡ ਦੇ ਵਸਨੀਕ ਆ ਦੋਨੋਂ, ਅਮਰਗੜ੍ਹ ਪਿੰਡ ਦੇ। ਝਗੜਾ ਸੀ ਮੋਬਾਈਲ 'ਤੇ ਸੀਗਾ ਮਾੜਾ ਮੋਟਾ? ਮੋਬਾਈਲ ਦਾ ਝਗੜਾ ਸੀ, ਮੋਬਾਈਲ ਵੀ ਪਤਾ ਲੱਗਿਆ ਕਿ 2500 ਰੁਪਏ ਨੂੰ ਵੇਚਿਆ, ਮਾਮੂਲੀ ਗੱਲ ਤੋਂ ਹੀ ਬਸ ਇਹ ਮਰਡਰ ਹੋ ਗਿਆ। ਇਸ ਬਾਰੇ ਪਹਿਲੇ ਕੋਈ ਝਗੜਾ ਜੋ ਤਕਰਾਰ ਕੋਈ ਆਪਸ ਵਿੱਚ? ਨਹੀਂ ਨਹੀਂ ਕੋਈ ਨਹੀਂ, ਕੋਈ ਝਗੜਾ ਨਹੀਂ, ਉਲਾਂਭਾ ਦੇਣ ਆਏ ਸੀ ਜਾਂ ਉੱਥੇ ਹੀ ਤਕਰਾਰ ਹੋ ਗਿਆ। ਇੱਕ ਅੱਧੀ ਗੱਲ ਕਿੰਨੇ ਸਮੇਂ ਪਹਿਲੇ? ਸਵੇਰੇ 3-4 ਘੰਟੇ ਹੋ ਗਏ। 3-4 ਘੰਟੇ ਪੁਲਿਸ ਵਾਲੇ ਆ ਗਏ ਸੀ ਮੌਕੇ 'ਤੇ? ਪੁਲਿਸ ਵਾਲੇ ਮੌਕੇ 'ਤੇ, ਸਾਡੇ ਆਉਣ ਤੋਂ ਪਹਿਲਾਂ ਪੁਲਿਸ ਵਾਲੇ ਆਏ ਸੀ। ਮਾਮਲਾ ਹੈਗਾ, ਅੱਜ ਇਨਫੋਰਮੇਸ਼ਨ ਮਿਲੀ ਸੀਗੀ ਬਜਾ ਕਟੋਰੋਂ ਕਿ ਪਿੰਡ ਅਮਰਗੜ੍ਹ ਦੇ ਵਿੱਚ ਲੜਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਅਤੇ ਉਹਦੀ ਵਾਈਫ ਹੈ ਪਰਮਜੀਤ ਕੌਰ ਇੰਜਰਡ ਹੋ ਗਈ ਹੈ। ਮੌਕੇ 'ਤੇ ਆਏ ਹਾਂ, ਦੇਖਿਆ ਸਾਰਾ ਕੁਛ। ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਜਿਹਦਾ ਘਰ ਹੈ, ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ, ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ, ਤਾਂ ਉਹ ਬਹਿਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲੈਂਦੀ ਅਤੇ ਕਿਰਪਾਨਾਂ ਮਾਰੀਆਂ। ਜਿਹੜਾ ਮ੍ਰਿਤਕ ਹੈਗਾ ਪਰਮਜੀਤ ਸਿੰਘ ਉਹਦੇ ਸਿਰ ਦੇ ਵਿੱਚ ਵਾਰ ਕੀਤੇ ਆ ਅਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ 'ਤੇ ਵਾਰ ਕਿਰਪਾਨ ਦੇ ਲੱਗੇ ਆ ਅਤੇ ਦੇਖ ਰਹੇ ਸੀ ਸਾਰਾ ਮੌਕਾ। ਇਹ ਮੋਬਾਈਲ ਕਿੰਨੇ ਦਾ ਸੀਗਾ ਜੀ? ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮ੍ਰਿਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਅਤੇ ਉਹ ਆਪਣਾ ਮੋਬਾਈਲ ਲੈਣੀ ਤੋਂ ਆਏ ਸੀਗੇ। ਸਰ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਸੀ? ਉਹ ਇਹੋ ਦੱਸਦੇ ਹੈਗੇ ਕਿ ਕੱਲ੍ਹ ਜਾਂ ਪਰਸੋਂ ਇਹਦਾ ਜਿਹੜਾ ਮਨਜੀਤ ਸਿੰਘ ਹੈਗਾ
ਇੱਕ ਮੇਰੇ ਤੱਕ ਇਹਦਾ ਮੁੰਡਾ ਰਲ ਕੇ ਮੋਬਾਈਲ ਕਿਤੇ ਨਹੀਂ ਆਉਸ ਵਿੱਚ ਹੀ ਵੇਚਦਾ ਸੀਗਾ ਅਤੇ ਉਹ ਮੋਬਾਈਲ ਲੈਣ ਆਇਆ ਸੀ ਆਪਣਾ, ਇਸੇ ਦੌਰਾਨ ਦੀ ਬਹਿਸ ਹੋ ਗਈ। ਸਰ ਮ੍ਰਿਤਕ ਦਾ ਮੁੰਡਾ ਭੁਪਿੰਦਰ ਕਿੱਥੇ ਹੈ ਜੀ? ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲ ਜੀ। ਠੀਕ ਹੈ, ਮੋਬਾਈਲ ਕਿੰਨੇ ਦਾ ਸੀਗਾ ਜੀ? ਇਹ ਤੁਹਾਨੂੰ ਉਹੀ ਦੱਸਣਗੇ ਕਿੰਨੇ ਦਾ ਸੀਗਾ। ਬਿਆਨ ਲਿਖੇ ਐਫ ਆਈ ਆਰ ਕਰਨ ਲੱਗੇ ਆ। ਨਹੀਂ, ਉਹ ਹਥਿਆਰ ਲੈ ਕੇ ਹੀ ਭੱਜ ਗਿਆ, ਭਾਲ ਜਾਰੀ ਅਸੀਂ ਫੜ ਲੈਣਾ ਜਲਦੀ। ਮਨਜੀਤ ਤਾਂ ਹੈਗਾ, ਅਨਮੈਰਿਡ ਛੜਾ ਉਹ ਤਾਂ 40 ਸਾਲ ਦਾ, ਉਹਦੀ ਮੈਰਿਜ ਨਹੀਂ ਹੋਈ। ਹਾਂਜੀ ਸਰ, ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ? ਭੁਪਿੰਦਰ ਮੌਕੇ 'ਤੇ ਹੈ ਨਹੀਂ ਸੀ, ਮੌਕੇ 'ਤੇ ਹਾਂ ਉਹ ਆਪਣੇ ਘਰ ਹੀ ਸੀਗਾ।